ਜਰਾਲ ਜੀ ਨੇ ਹੋਣਾ ਉਹਨਾਂ ਨੇ ਚਲ ਰਹਿੰਦੇ ਆਪਣੇ ਹਾਂ ਕੌਣ ਕੋਈ ਗੱਲ ਨਹੀਂ ਸਰ ਰਹਿੰਦੇ ਹੁਣ ਕੇ ਬਾਤ ਕਰਾਂਗੇ छब्बी तरीक नूं जदों किसान परेड दिल्ली विच कढ़ी गई उहदे बाद पुलिस की कार्रवाई हुई ते पंजाब विचों सानूं खबरां आईआं कि कई नौजवान पता नहीं लग रहा कित्थे है। एक पिंड मोगे च जसदा तोता सिंह जी ने मैनूं गल कीती कि उस पिंड दे 12 बच्चे हले तक लापता है। कई होर जगह तो भी सानू खबर आ रही है। इस करके असी श्रोमणी अकाली दल ने श्रोमणी अकाली दल दिल्ली दे दफ्तर विच जो दफ्तर श्री गुरुद्वारा रकाबगंज साहब विच श्रोमणी अकाली दल दफ्तर है उत्थे असी 24 आवर हेल्पलाइन खोल दिती गई है। सो पंजाब दे या नाल दे सूबियां कितों भी अपने भैन भरा जिहड़ा आए सी दिल्ली इस किसानी संघर्ष वास्ते यूपी हरियाणा तो भी जो किसानी संघर्ष वास्ते इत्थे आए सी पर हुण उन्हां दा पता नहीं लग रहा क्योंकि 26 तरीक दे बाद काफी लोगों नूं फड़ लिया गया है। तो इस करके गुरुद्वारा रकाबगंज साहब विच श्रोमणी अकाली दल दा दफ्तर है उत्थे असी 24 आवर्स उत्थे इंचार्ज लाए है। बेनती करदा जिस नूं कोई इनफॉर्मेशन लेनी है या पता करानी है उस दफ्तर विच तुसी तालमेल रखो। एदे बाद मैं जो इंचार्ज है उन्हां दे नाम भी दस दूंगा ते टेलीफोन नंबर भी दस दूंगा। नाले मैं सर हरमीत सिंह कालका साडे श्रोमणी अकाली दल दिल्ली दे प्रधान हन, मनजिंदर सिंह सरसा जो दिल्ली गुरुद्वारा प्रबंधक कमेटी दे साले प्रधान है इन्हां नूं मैं रिक्वेस्ट भी कीती है कि जिहड़ी हेल्पलाइन लाई गई है जो पंजाब दी या कितों भी संगत दा कोई टेलीफोन आए उत्थे ड्यूटी ला के ਤੁਸੀਂ ਪਤਾ ਕਰਾਓ ਕਿ ਕਿੱਥੇ ਹਨ, ਜੇ ਜੇਲ੍ਹ 'ਚ ਹਨ ਜਾਂ ਕੇਸ ਰਜਿਸਟਰ ਕੀਤੇ ਗਏ ਹਨ ਤੇ ਫਿਰ ਹਰ ਕਿਸਮ ਦੀ ਸਹੂਲਤ ਉਹਨਾਂ ਨੂੰ ਦਿੱਤੀ ਜਾਏ। ਵਕੀਲ ਦੀ ਜਾਂ ਹੋਰ ਕੋਈ ਸਪੋਰਟ ਦੀ ਲੋੜ ਹੋਏ ਜ਼ਰੂਰਤ ਹੋਏ ਆ ਸ਼੍ਰੋਮਣੀ ਅਕਾਲੀ ਦਲ ਸਾਰੀ ਜ਼ਿੰਮੇਵਾਰੀ ਨਿਭਾਊਗਾ। ਤੇ ਜੇ ਤੁਸੀਂ ਇੱਥੇ ਆਉਣਾ ਵੀ ਹੈ ਕਿਸੇ ਨੇ ਤੁਸੀਂ ਤੁਹਾਡੇ ਵਾਸਤੇ ਗੁਰਦੁਆਰਾ ਸਾਹਿਬ ਰਹਿਣ ਦਾ ਇੰਤਜ਼ਾਮ ਵੀ ਕੀਤਾ ਜਾਊਗਾ। ਜੇ ਤੁਹਾਨੂੰ ਕੋਈ ਵੀ ਮੁਸ਼ਕਲ ਹੋਏ ਜਿਹੜੇ ਨੰਬਰ ਦਿੱਤੇ ਗਏ ਆ ਤੁਸੀਂ ਕੰਟੈਕਟ ਕਰੋ। ਮੈਨੂੰ ਪਤਾ ਬਹੁਤ ਪਰਿਵਾਰ ਹਨ ਜਿਹੜੇ ਬੜੇ ਮੁਸ਼ਕਲ 'ਚ ਹਨ, ਸਾਡੇ ਹੀ ਬੱਚੇ ਸੀ ਜਿਨ੍ਹਾਂ ਉੱਤੇ ਕਈਆਂ 'ਤੇ ਸੈਂਕੜਿਆਂ 'ਤੇ ਝੂਠੇ ਕੇਸ ਪਾਏ ਗਏ ਹੈ। ਸੋ ਤੁਸੀਂ ਚਿੰਤਾ ਕਰਨ ਦੀ ਲੋੜ ਨਹੀਂ, ਸ਼੍ਰੋਮਣੀ ਅਕਾਲੀ ਦਲ ਤੁਹਾਡਾ ਪਰਿਵਾਰ ਹੈ, ਤੁਸੀਂ ਸਾਡੇ ਦਿੱਲੀ ਦਫ਼ਤਰ ਵਿੱਚ ਤਾਲਮੇਲ ਰੱਖਿਓ। ਤੁਹਾਨੂੰ ਪੂਰਾ ਯਕੀਨ ਦਵਾਉਂਦੇ ਹਾਂ ਹਰ ਕਿਸਮ ਦੀ ਸਪੋਰਟ ਤੁਹਾਨੂੰ ਦਿੱਤੀ ਜਾਊਗੀ। ਮੈਂ ਜਿਹੜਾ ਨੰਬਰ ਦੇ ਰਿਹਾ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹਲਕਾ ਇੰਚਾਰਜ ਤੇ ਸਰਕਲ ਜਿਹੜੇ ਜਥੇਦਾਰ ਹਨ ਸਾਰਿਆਂ ਨੂੰ ਬੇਨਤੀ ਕਰਾਂਗਾ, ਆ ਕਰ ਰਿਹਾ ਤੁਹਾਡੇ ਮੀਡੀਆ ਰਾਹੀਂ ਕਿ ਤੁਸੀਂ ਆਪਣੇ ਆਪਣੇ ਸਰਕਲ ਵਿੱਚ ਜਾਂ ਆਪਣੇ ਹਲਕੇ ਵਿੱਚ ਜੇ ਕੋਈ ਵੀ ਨੌਜਵਾਨ ਬੱਚਾ ਜਾਂ ਬੱਚੀ ਜਾਂ ਬਜ਼ੁਰਗ ਜਾਂ ਮਾਤਾ ਜੋ ਦਿੱਲੀ ਸੰਘਰਸ਼ ਵਿੱਚ ਆਈ ਸੀ ਉਹਨਾਂ ਬਾਰੇ ਪਤਾ ਨਹੀਂ ਲੱਗ ਰਿਹਾ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਿਹੜੇ ਨੰਬਰ ਹੁਣੀ ਸਕਰੀਨ ਤੇ ਦੱਸਾਂਗਾ ਵੀ ਤੇ ਬੋਲ ਕੇ ਵੀ ਦੱਸਾਂਗਾ ਉਸ ਨੰਬਰ ਤੁਸੀਂ ਕੰਟੈਕਟ ਕਰੋ। ਅਸੀਂ ਪੂਰੀ ਦਿਨ ਰਾਤ ਮਿਹਨਤ ਕਰਕੇ ਉਹਨਾਂ ਦਾ ਪਤਾ ਕਰਾਵਾਂਗੇ ਕਿੱਥੇ ਹੈ। ਜੇ ਉਹਨਾਂ ਨੂੰ ਕਿਸੇ ਵਕੀਲ ਦੀ ਲੋੜ ਹੈ ਉਹ ਵੀ ਅਸੀਂ ਪ੍ਰਬੰਧ ਕਰਾਂਗੇ। ਜੇ ਕਿਸੇ ਉੱਥੇ ਕਿਸੇ ਹੋਰ ਕਿਸੇ ਚੀਜ਼ ਦੀ ਲੋੜ ਹੈ, ਮੈਡੀਕਲ ਏਡ ਜਾਂ ਕਿਸੇ ਵੀ ਲੋੜ ਹੈ, ਸ਼੍ਰੋਮਣੀ ਅਕਾਲੀ ਦਲ ਦੀ ਡਿਊਟੀ ਲਾ ਦਿੱਤੀ ਹੈ, ਉਹ ਸਾਰੀ ਜ਼ਿੰਮੇਵਾਰੀ ਲੈਣਗੇ। ਆ ਜਿਹੜੇ ਨਾਂ ਹਨ ਮੈਂ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਆ ਨਾਂ ਜ਼ਰੂਰ ਨੋਟ ਕਰੋ। ਸਰ ਜਗਦੀਪ ਸਿੰਘ ਕਾਲੋ ਜਿਹੜੇ ਸਾਡੇ ਮੈਂਬਰ ਵੀ ਹਨ, ਡੀ ਜੀ ਪੀ ਸੀ ਲੀਗਲ ਸੈੱਲ ਦੇ ਸਾਡੇ ਮੈਂਬਰ ਹਨ, ਨਾਂ ਹੈ ਜਗਦੀਪ ਸਿੰਘ ਕਾਲੋ, ਉਹਨਾਂ ਦਾ ਮੋਬਾਈਲ ਨੰਬਰ ਹੈ 9310515060। ਮੈਂ ਫਿਰ ਤੋਂ ਰਿਪੀਟ ਕਰਦਾ 9310515106 40। ਦੂਜਾ ਸਰ ਜਸਵਿੰਦਰ ਸਿੰਘ ਜੌਲੀ ਜਿਹੜਾ ਹੈਗਾ ਉਹਨਾਂ ਦਾ ਨੰਬਰ ਹੈ 9899100
0001 चार जीरो तो एक मैं अपने घरे मेरा जिहड़ा थोड़ा दिता होया घर मैंबर पार्लीमेंट का घर 12 सफदरजंग रोड मेरा घर है। मैं उत्थे भी मैं अपना पुराना जिहड़ा सैकटरी है पीए ਉਹ ਨਾਂ ਹੈ ਸਰ ਹਰਦੀਪ ਸਿੰਘ। ਮੈਂ ਬੇਨਤੀ ਕਰਾਂ ਆ ਖੜੇ ਹੈ ਇਹਨਾਂ ਦੀ ਫੋਟੋ ਵੀ ਤੁਸੀਂ ਦੇਖ ਲਓ, ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 9831359904। ਅਸੀਂ ਸਕਰੀਨ 'ਤੇ ਐਡ ਰਹੇ ਵੀ ਤੁਹਾਡੇ ਸਕਰੀਨ 'ਤੇ ਆ ਸਾਰੇ ਨੰਬਰ ਅਸੀਂ ਫਲੈਸ਼ ਕਰਾਵਾਂਗੇ। ਸੋ ਹਰਦੀਪ ਸਿੰਘ ਜੋ ਮੇਰੇ ਘਰੇ ਤੁਹਾਡਾ ਦਿੱਤਾ ਹੋਇਆ ਘਰ ਚੱਲਦੀ 12 ਸਫਦਰਜੰਗ ਰੋਡ ਨਿਊ ਦਿੱਲੀ ਹੈ, ਉੱਥੇ ਹਰਦੀਪ ਸਿੰਘ ਹੋਣਗੇ ਤੇ ਬਾਕੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਗੁਰਦੁਆਰਾ ਸਰਕਾਰਗੰਜ ਸਾਹਿਬ ਜਿਹੜੇ ਨਾਂ ਦਿੱਤੇ ਆ ਉਹ ਲੋਕ ਉੱਥੇ ਬੈਠਣਗੇ। ਤੁਹਾਨੂੰ ਕਿਸੇ ਟਾਈਮ ਕੋਈ ਇਨਫੋਰਮੇਸ਼ਨ ਪਤਾ ਕਰਾਉਣੀ ਹੋਏ ਤੁਸੀਂ ਕੋਈ ਸੰਗ ਸ਼ਰਮ ਕਰਨ ਦੀ ਲੋੜ ਨਹੀਂ, ਕੋਈ ਝਿਜਕਣ ਦੀ ਲੋੜ ਨਹੀਂ। ਘਰ ਤੁਹਾਡਾ ਆਪਣਾ ਹੈ, ਦਫ਼ਤਰ ਤੁਹਾਡਾ ਆਪਣਾ ਹੈ, ਤੁਸੀਂ ਕੰਟੈਕਟ ਕਰੋ। ਸਾਡੀ ਪੂਰੀ ਕੋਸ਼ਿਸ਼ ਰਹੂਗੀ ਤੁਹਾਡੀ ਜੋ ਤੁਹਾਡੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਅਸੀਂ ਤੁਹਾਨੂੰ ਦਿਲਾਈਏ। ਮੈਂ ਅੱਜ ਅਰਸ਼ਦੀਪ ਸੀ ਰੁਦਰਪੁਰ ਤੋਂ ਜਿਹਨੂੰ 26 ਤਰੀਕ ਨੂੰ ਗੋਲੀ ਮਾਰੀ ਗਈ। ਮੈਂ ਹਸਪਤਾਲ ਸੇਂਟ ਸਟੀਫਨਸ ਹਸਪਤਾਲ ਇੱਥੇ ਉੱਥੇ ਜਾ ਕੇ ਮਿਲਿਆ ਸੀ, ਉਸ ਪਰਿਵਾਰ ਨੂੰ ਮਿਲਿਆ ਸੀ ਅਤੇ ਡਾਕਟਰ ਨਾਲ ਵੀ ਗੱਲ ਕੀਤੀ ਹੈ। ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਕਿ ਉਹਦੀ ਸਿਹਤ ਠੀਕ ਆ ਹੁਣ, ਕੋਈ ਡੇਂਜਰ ਨਹੀਂ ਤੇ ਉਮੀਦ ਹੈ ਕਿ ਜਲਦੀ ਹੀ ਉਹ ਹਸਪੀਟਲ ਤੋਂ ਡਿਸਚਾਰਜ ਹੋ ਜਾਣਗੇ। ਤੇ ਮੈਂ ਅਸੀਂ ਉਹਨਾਂ ਦੇ ਪਰਿਵਾਰ ਨੂੰ ਵੀ ਮਿਲਿਆ ਸੀ ਤੇ ਪਰਿਵਾਰ ਨੂੰ ਵੀ ਅਸੀਂ ਕਿਹਾ ਤੇ ਮੈਂ ਡਿਊਟੀ ਮਨਜਿੰਦਰ ਸਰਸਾ ਜੀ ਤੇ ਹਰਮੀਤ ਜੀ ਦੀ ਕਾਲਕਾ ਸਾਡੇ ਪ੍ਰੈਜ਼ੀਡੈਂਟ ਦੋਨਾਂ ਦੀ ਲਾਈ ਹੈ ਕਿ ਇਸ ਪਰਿਵਾਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਏ ਆਪਾਂ ਸਾਰਾ ਇੰਤਜ਼ਾਮ ਆਪਾਂ ਕਰਾਂਗੇ। ਸੋ ਸਾਰੀ ਡਿਊਟੀ ਲਾਤੀ ਹੈ। ਹਾਂਜੀ ਮੈਂ ਸਾਡਾ ਜਿਹੜਾ ਦਿੱਲੀ ਯੂਨਿਟ ਹੈ ਦਿੱਲੀ ਸ਼੍ਰੋਮਣੀ ਅਕਾਲੀ ਦਿੱਲੀ ਹੈ, ਅਸੀਂ ਉਹਨਾਂ ਦੀ ਡਿਊਟੀ ਲਾ ਦਿੱਤੀ ਹੈ ਕਿ ਸਾਰੀ ਲੀਗਲ ਹੈਲਪ ਜੋ ਵੀ ਹੈਲਪ ਦੀ ਜ਼ਰੂਰਤ ਹੈ ਸਾਰੀ ਲੀਗਲ ਹੈਲਪ ਸਾਡੀ ਟੀਮ ਕਰੇਗੀ। ਉਹਨਾਂ ਨੂੰ ਵਕੀਲ ਦੀ ਲੋੜ ਹੈ, ਸਾਰਾ ਸਾਡਾ ਗੁਰੂਗਾ, ਤੁਹਾਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਤਾਂ ਇਕੱਲਾ ਦੱਸਣਾ ਕਿ ਆਹ ਸਮੱਸਿਆ, ਉਹਦੇ ਬਾਅਦ ਜ਼ਿੰਮੇਵਾਰੀ ਸਾਡੀ ਮਨਜਿੰਦਰ ਸਰਸਾ ਹਰਮੀਤ ਜੀ ਦੀ ਅਗਵਾਈ ਥੱਲੇ ਜਿਹੜੀ ਅਸੀਂ ਟੀਮ ਬਣਾਈ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਅਸੀਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਅਸੀਂ ਸਾਰੀ ਜ਼ਿੰਮੇਵਾਰੀ ਨਿਭਾਵਾਂਗੇ। ਥੈਂਕ ਯੂ। ਚੰਗੀ ਗੱਲ ਹੈ। ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਮੁੱਖ ਮੰਤਰੀ ਜੀ ਨੂੰ, ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਹੈ, ਦਿੱਲੀ ਪੁਲਿਸ ਕਿਵੇਂ ਬਗੈਰ ਪੁੱਛੇ ਪੰਜਾਬ 'ਚ ਆ ਕੇ ਆਪਣੇ ਬੱਚਿਆਂ ਨੂੰ ਚੱਕ ਕੇ ਲੈ ਕੇ ਜਾ ਰਹੀ ਹੈ। ਕੈਪਟਨ ਸਾਹਿਬ ਤੁਸੀਂ ਮੁੱਖ ਮੰਤਰੀ ਹੋ, ਤੁਹਾਨੂੰ ਚੈੱਕ ਕਰਨ ਦੀ ਲੋੜ ਹੈ ਤੁਹਾਡੀ ਪੁਲਿਸ ਦੇ ਤੁਹਾਡੇ ਥੱਲੇ। ਦੂਜੀ ਸੂਬੇ ਦਾ ਪੁਲਿਸ ਕਿਵੇਂ ਆ ਸਕਦੀ ਹੈ? ਜੇ ਉਹਨਾਂ ਨੇ ਕੋਈ ਚੱਕਣਾ, ਲੀਗਲ ਪ੍ਰੋਸੀਜਰ ਹੈ, ਉਹ ਪੰਜਾਬ ਪੁਲਿਸ ਨੂੰ ਦੱਸਣਾ ਪਊਗਾ ਕਿ ਕੇਸ ਹੈ, ਕਿਵੇਂ ਕੇਸ ਬਣਾਇਆ, ਕੇਸ ਹੈ ਜਾਂ ਨਹੀਂ। ਕੀ ਤੁਹਾਡੀ ਪੁਲਿਸ ਚੈੱਕ ਨਹੀਂ ਕਰ ਸਕਦੀ ਕਿ ਕੇਸ ਝੂਠੇ ਹੈ ਕਿ ਸੱਚੇ ਹੈ? ਇਹਦਾ ਮਤਲਬ ਦਿੱਲੀ ਦੀ ਪੁਲਿਸ, ਸੈਂਟਰ ਦੀ ਪੁਲਿਸ ਕੁਛ ਮਰਜ਼ੀ ਆ ਕੇ ਪੰਜਾਬ ਜਾ ਕੇ ਜਿਹਨੂੰ ਮਰਜ਼ੀ ਚੱਕ ਕੇ ਲੈ ਜੇ ਤੇ ਤੁਸੀਂ ਚੁੱਪ ਹੋ। ਇਸ ਕਰਕੇ ਆਪਣੀ ਪੁਲਿਸ ਨੂੰ ਜ਼ਰੂਰ ਕਹੋ ਕਿ ਪਤਾ ਕਰਾਉਣ ਕਿ ਜੇ ਜਿਹੜਾ ਕੇਸ ਪਾਸੇ ਚੱਕ ਰਿਹਾ ਕੀ ਉਹ ਕੇਸ ਜੈਨੂਨ ਹੈ ਕਿ ਨਹੀਂ। ਅੱਜ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਹੈ। ਮੈਂ ਦੇਖੋ, ਮੈਂ ਤਾਂ ਉਹਨੂੰ ਮਿਲ ਕੇ ਆਇਆ ਸੀ, ਸੋ ਇਹਦੇ ਬਾਅਦ ਆਪਾਂ ਦੇਖਦੇ ਹਾਂ ਕੀ ਹੁੰਦਾ। ਅੱਜ ਸ਼੍ਰੋਮਣੀ ਅਕਾਲੀ ਦਲ ਨੇ